ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਰ ਜੀ ਅੱਜ ਦੂਜਾ ਦਿਨ ਆ, 5 ਤਰੀਕ ਆ, ਦਿਨ ਮੰਗਲਵਾਰ ਆ। ਅਤੇ ਮੇਰੇ ਸਾਰੇ ਭੈਣ ਭਰਾ ਰਿਕੁਐਸਟ ਹੈ ਕਿ ਆ ਜੀ ਮੱਝਾਂ ਲੈ ਕੇ ਆਓ ਨੀਲੀ ਦੀਆਂ, ਬੜਾ ਤਕੜਾ ਪ੍ਰਬੰਧ ਦਿਖਾਓ। ਕੈਮਰਾਮੈਨ ਦਿਖਾਓ, ਦੇਖੋ ਟੈਂਟ ਟੁੱਟ ਲੱਗ ਗਏ ਆ, ਹਜੇ ਹੋਰ ਲੱਗੀ ਜਾਂਦੇ ਆ। ਅਤੇ ਅੱਜ ਅਤੇ ਕੱਲ੍ਹ ਨੂੰ ਆ ਜਾਓ ਮੇਰਾ ਵੀਰ, ਇੱਥੇ ਵੇਖੋ ਅੱਜ ਦੇ ਵੇਖਦੇ ਮਾਹੌਲ ਸਾਰ ਕੀ ਆ। ਇਹ ਵੇਖੋ ਹੁਣ ਕਿਹਦੇ ਗੱਲ 'ਤੇ ਕੈਂਠਾ ਪੈਂਦਾ, ਕਿਤੇ ਸਾਡੇ ਕੋਲ ਤਾਂ ਹੈ ਨਹੀਂ ਰਹੇ, ਅਸੀਂ ਕੈਂਠਾ ਪਾਸ ਹੋਇਆ ਜੀ। ਅੱਜ ਵਿਖਾਓ ਕੈਮਰਾਮੈਨ, ਫਿਰ ਵਿਖਾਓ ਮਾਹੌਲ ਸਾਰ। 3,000 ਰੁਪਈਆਂ ਹੋ ਗਈਆਂ ਹੋਣਾ ਜੀ। ਅਤੇ ਅੱਜ ਪਰੌਂਠੇ ਵੇਖ ਰਹੇ ਕਿਹੜੇ ਆਏ ਆਪਾਂ, ਆ ਜਾਓ ਸਰਪੰਚ ਸਾਹਿਬ ਮੰਤਰੀ ਆ, ਚੱਲ ਰਿਹਾ ਘਰ, ਬੜਾ ਜ਼ਿਆਦਾ ਪ੍ਰੋਗਰਾਮ ਚੱਲ ਰਿਹਾ। ਅਤੇ ਉਹ ਖੜੇ ਬਾਈ ਜੀ, ਬਾਈ ਜੀ ਸਤਿ ਸ਼੍ਰੀ ਅਕਾਲ। ਹੋਰ ਬਾਈ ਜੀ ਕਿੱਦਾਂ? ਵਧੀਆ। ਅਤੇ ਕਿੰਨੇ ਵਾਰ ਅੱਜ ਕਿੰਨੀਆਂ ਹੋ ਗਈਆਂ ਮੱਝਾਂ? ਅਜੇ 3 ਹੀ ਅੱਜ ਹੋ ਜਾਣਗੀਆਂ 10-12। ਤਿੰਨ ਹੋ ਗਏ ਇਹਨਾਂ ਨੇ, ਉਹ ਵੀ ਬਾਈ ਆ ਗਏ ਹੁਣ ਇੱਥੇ, ਜਿਹਨੇ ਡਾਇਰੈਕਟਰ ਦੇ ਉੱਥੇ ਜਿੱਤਿਆ ਧਨੋਲੇ ਵਿੱਚ, ਉਹ ਵੀ ਇੱਥੇ ਆਏ ਖੜੇ ਆ। ਕਿੱਧਰ ਗਏ ਬਾਈ ਜੀ? ਉਹ ਅੰਦਰ ਹੀ ਆ, ਜਾ ਵੇਲੇ ਬੰਦੇ ਬੰਦੇ ਸੁੱਤੇ ਪਏ ਆ। ਅਤੇ ਪਰੌਂਠੇ ਆ ਗਏ ਜੀ, ਅੱਜ ਅਸੀਂ ਜਲਦੀ ਆ ਗਏ, ਪਰੌਂਠੇ ਆ ਰਹੇ। ਅੱਜ ਬਾਈ ਜੀ ਕਿਹੜੇ ਬਣਾਓਗੇ ਅੱਜ? ਫਿਰ ਅੱਜ ਪਤਾ ਨਹੀਂ, ਮੌਕਾ ਦੇਖੋ। ਗੋਭੀ ਵਾਲੇ ਬਣਾਇਓ, ਗੋਭੀ ਵਾਲੇ ਜਾਂ ਮੂੜੀ ਵਾਲੇ ਹੈ ਜੀ, 15। ਹੋਰ ਸੁਣਾਓ ਬਾਈ ਜੀ? ਠੀਕ ਆ। ਆ ਵੇਲਾ ਬਾਈ ਆਣੇ, ਇਹਨਾਂ ਨੂੰ 5-6 ਦਿਨ ਹੋ ਗਏ ਆਇਆਂ ਨੂੰ ਇੱਥੇ, ਤੁਸੀਂ ਵੀ ਆ ਯਾਰ, ਮੈਂ ਰਹੇ ਦੱਸੋ, ਕਮਾਲ ਹੋ ਗਈ। ਆ ਜਾਓ ਫਿਰੋਜ਼ਪੁਰ ਵਾਲੇ ਇਲਾਕੇ, ਕਮਾਲ ਸਾਰੇ ਇੱਧਰ ਆਓ, ਘਰਾਂ ਦੀ ਲਾਓ ਰੌਣਕਾਂ, ਰੌਣਕਾਂ ਲਾਓ ਇੱਥੇ। ਆਓ ਕੈਂਠਾ ਕਿਹੜਾ ਪਾਉਂਦਾ ਹੁਣ ਵੇਖੋ, ਕੈਂਠਾ ਕੀ ਕਰਵਾਉਂਦਾ। ਆ ਜਾਓ, ਆ ਜਾਓ, ਆ ਜਾਓ, ਆ ਦੇਖੋ ਬਾਈ ਹਣੇ ਖੜੇ। ਬਾਈ ਸਤਿ ਸ਼੍ਰੀ ਅਕਾਲ। ਆ ਵੇਖੋ ਬਾਈ ਹਣੇ ਆਏ ਖੜੇ ਕਿ ਨਹੀਂ, ਇਹਨਾਂ ਨੇ ਵੇਖ ਲਓ ਟਰੈਕਟਰ ਜਿੱਤਿਆ ਧਨੋਲੇ ਮੰਡੀ ਤੋਂ ਉੱਥੋਂ। ਹੋਰ ਬਾਈ ਜੀ ਪਹਿਲਾਂ ਮੁਬਾਰਕਾਂ ਤੁਹਾਨੂੰ, ਬਹੁਤ ਬਹੁਤ ਜੀ, ਧੰਨਵਾਦ, ਬੜਾ ਦਿਲ ਖੁਸ਼ ਹੈ ਬਾਈ ਜੀ ਉੱਥੇ, ਹੈ ਨਾ। ਚਲੋ ਇਹ ਇਹਦੇ ਮਾਤੜ ਤੁਸੀਂ ਹੈਗੇ ਆ, ਠੀਕ ਹੈ, ਚਲੋ ਗਾਂ ਅੱਗੇ ਮੋਹਰਾ ਵਿੱਚ ਕੰਮ ਕਰਦੇ ਰਹੇ, ਹੈ ਨਾ ਜੀ। ਅੱਛਾ, ਪਹਿਲੀ ਮੱਝ ਖਰੀਦੀ ਬਾਈ ਉਹਨਾਂ ਨੇ, ਉਦੋਂ ਅਲੱਗ ਖਰੀਦੀ ਜੀ ਆਪਣੇ? ਹਾਂਜੀ ਹਾਂਜੀ, ਠੀਕ ਆ, ਖਰੀਦੀ ਵੀ ਆਪਾਂ 1,12,000 ਜੀ। ਮੈਂ ਵੇਖ ਲਓ 1,12,000 ਰੁਪਇਆ, ਅਤੇ ਵੇਖ ਮੇਰੇ ਨਾ 3 ਮਹੀਨੇ 4 ਮਹੀਨੇ ਦੇ ਪੈਸੇ ਆ ਗਏ ਹੁਣ। ਮਿਹਨਤ ਮਿਹਨਤ ਹਨਾ ਬਾਈ ਜੀ ਇਹ, ਹਾਂ ਗੁਰਲਾਲ ਜੀ ਮਿਹਨਤ ਆ ਇਹ। ਆਹ ਦਿਖਾਓ ਵੇਖੋ ਮੱਝ, ਤੇ ਵੇਖੋ ਲੱਗਦੀ ਨੀ ਵੈਸੇ, ਦੁੱਧ ਕਰ ਜਾਣਾ ਫਿਰ ਕਰ ਗਈ ਆ ਇਹ। ਕਿੰਨੀਆਂ ਚੁਆਈ ਹੁੰਦੀ ਸੀ? 14 ਮਹੀਆਂ, ਮਤਲਬ ਮੋਹਰਾਂ ਦੀ ਕਿੰਨੀਆਂ ਸੀ? ਮੋਹਰਾਂ ਆਪਣੀਆਂ ਮੈਂ 14 ਹੀ ਸੀ। ਹਾਂਜੀ, ਠੀਕ ਹੈ। ਪਹਿਲਾ ਨੰਬਰ, ਦੂਜਾ ਨੰਬਰ ਫਿਰ ਕਿੱਥੋਂ ਆ ਗਿਆ ਜੀ? ਉਹ ਝੋਟੀ ਸੀ ਇੱਕ, ਉੱਥੇ ਦੁਲਚੀ ਵਾਲਿਆਂ ਦੀ। ਅੱਛਾ, ਦੁਲਚੀ ਵਾਲੇ, ਠੀਕ ਹੈ ਠੀਕ ਹੈ। ਨਹੀਂ ਬਹੁਤ ਬਹੁਤ ਵਧੀਆ ਗੱਲ ਹੈ, ਬੜੀ ਬਾਈ ਜੀ ਖੁਸ਼ੀ। ਟਰੈਕਟਰ ਫਿਰ ਲੈ ਗਏ? ਹਾਂਜੀ, ਮਤਲਬ ਚੱਲੀ ਪਾਰਟੀ ਪੂਰੀ ਫਿਰ ਪੂਰੀ? ਹਾਂਜੀ ਹਾਂਜੀ, ਬਾਕੀ ਹੁਣ ਜਾ ਕੇ 9 ਤਰੀਕ ਤੋਂ ਬਾਅਦ ਜੀ, ਪਰਮਾਤਮਾ ਸੁੱਖ ਰੱਖੇ। ਨਾ ਨਾ ਨਾ, ਚਲੋ ਚਲੋ ਕੋਈ ਗੱਲ ਨਹੀਂ। ਆਹ ਵਿਖਾਓ ਬਾਈ ਨੂੰ, ਗੁਰਲਾਲ ਸਿੰਘ ਜੀ ਨੇ ਵਿਖਾਓ ਮੱਝਾਂ ਮੁੱਝਾਂ। ਬਾਈ ਜੀ ਇਹਦੇ ਥੱਲੇ ਰੂਟੀਨ ਸਿਰ ਦੁੱਧ ਕਿੰਨਾ? ਇਹ ਤਾਂ ਹੁਣ 7 ਤਰੀਕ ਜਾਂ 8 ਨੂੰ ਪਤਾ ਲੱਗੂਗਾ ਜੀ। ਨਹੀਂ ਆਈਡੀਆ ਫਿਰ ਵੀ ਨਹੀਂ, ਅਜੇ ਹੈਗਾ 15-16 ਕਿਲੋ। ਨਾਲੇ ਪਰੌਂਠੇ ਖਾ, ਮੂਲੀਆਂ ਰੌਣਕਾਂ ਲਾ ਪੂਰੀਆਂ। ਅੱਜ ਦਾ ਦੇਣੀ, ਅੱਜ ਤੇ ਕੱਲ ਦਾ ਦੇਣੀ ਆ? ਨਹੀਂ ਭਾਵੇਂ 7 ਤਰੀਕ ਨੂੰ ਆ ਜਾਣ, 7 ਤਰੀਕ ਸ਼ਾਮੀ ਸ਼ੁਰੂ ਹੋਣਾ, ਸ਼ਾਮੀ ਸ਼ੁਰੂ ਹੋਣਾ, ਤੜਕੇ ਤੜਕੇ ਆ ਜਾਂਦਾ। ਤੇ ਆ ਪਹਿਲੇ ਚੁਆਈ ਮੰਨੇ 8 ਨੂੰ ਮੰਨੀ ਜਾਓ ਹਨਾ, ਸ਼ਾਮਾਂ ਨੂੰ ਖਾਲੀ ਹੋਈਆਂ। ਹਾਂਜੀ, 8 7 ਨੂੰ, ਹਾਂ 8 ਨੂੰ ਪਹਿਲੀ, 9 ਹਾਂ, ਬਸ 3 ਹੋ ਗਈ ਆ। ਤੇ ਵੀਡੀਓ ਵੱਧ ਲਾਈਕ ਸ਼ੇਅਰ ਕਮੈਂਟ ਕਰ ਦਿਓ ਮੇਰੇ ਵੀਰ। ਸਤਿ ਸ਼੍ਰੀ ਅਕਾਲ।